मामला जलंधर के गुरैया शहर अधीन आते पिंड रुड़का खुरद का, जिथे एक नवी कपड़े की दुकान की ओपनिंग होनी सी, पर इस तो पहले ही ऐतवार सोमवार की दरमैनी रात को चोरों ने शटर तोड़ के चोरी की वारदात को अंजाम दिता है। दुकान के अंदर पे 2.5 लाख के कपड़े चोरी करके लै गए। ਕੋਈ ਜਿੱਦਾਂ ਹੁਣ ਆਲੇ ਦੁਆਲੇ ਦੇਖਿਆ, ਕੋਈ ਪਤਾ ਲੱਗਦਾ ਕਿੰਨੇ ਬੰਦੇ ਆਏ ਜਾਂ ਕਿੱਦਾਂ ਆਏ ਆ? ਕੋਈ ਸੀਸੀਟੀਵੀ ਚੈੱਕ ਕਰਦੀ ਹੈ ਪੁਲਿਸ ਵਾਲੇ? ਤੇ ਗੱਡੀ ਆਈ ਆ, ਮਰੂਤੀ ਕਹਿੰਦੇ ਆ ਵੀ ਆਈ ਆ। ਅੱਛਾ ਜੀ, ਬੜੇ ਬਣਵਾਲ ਹੋ ਗਏ। ਕਿੰਨੇ ਕੁ ਵਜੇ ਦੇਖਦੀ ਵੀ ਜੀ ਮਰੂਤੀ? 2 ਤੋਂ 3 ਵਜੇ ਦੇ ਵਿੱਚ ਵਿੱਚ। ਠੀਕ ਹੈ ਜੀ, ਬੰਦੇ ਵੀ ਦੇਖਦੇ ਆ ਵਿੱਚ? ਬੰਦੇ ਦੀਦੇ ਆ, ਮੇਰਾ ਕਲੀਅਰ ਨਹੀਂ ਗਿਆ। ਠੀਕ ਹੈ ਜੀ, ਇਹ ਸ਼ਟਰ ਭੰਨਿਆ ਤੁਹਾਡਾ ਜਾਂ ਜਿੰਦੇ ਭੰਨ ਕੇ? ਲੱਗਾ ਜਿੰਦੇ ਨਹੀਂ ਭੰਨੇ, ਉਹ ਸ਼ਟਰ ਇੱਕ ਪਾਸੇ ਚੱਕ ਕੇ ਨਾ ਬਾਹਰ ਕਰ ਦਿੱਤਾ। ਹੁਣ ਕੀ ਸ਼ਿਕਾਇਤ ਦਿੱਤੀ ਹੈ ਪੁਲਿਸ ਨੂੰ? ਹਾਂਜੀ, ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਅੱਜ ਓਪਨਿੰਗ ਸੀਗੀ ਤੁਹਾਡੀ? ਹਾਂਜੀ, ਅੱਜ 12 ਵਜੇ। ਇਸ ਮੌਕੇ ਤੇ ਪੁੱਜੇ ASI ਓਮ ਪ੍ਰਕਾਸ਼ ਦਾ ਕਹਿਣਾ ਹੈ ਕਿ CCTV ਚੈੱਕ ਕੀਤੇ ਜਾ ਰਹੇ ਹਨ, ਜਿਸ ਵਿੱਚ ਇੱਕ ਕਾਰ ਦਿਖਾਈ ਦਿੱਤੀ ਹੈ। ਅੱਜ ਸਵੇਰ ਕਰੀਬ 5-6 ਵਜੇ ਤਲਾਹ ਮਿਲੀ ਥਾਣੇ ਵੀ, ਇੱਦਾਂ ਕਰਕੇ ਰੁੜਕਾ ਖੁਰਦ ਦੇ ਨਹਿਰ ਦੇ ਲਾਗੇ ਇੱਕ ਦੁਕਾਨਾਂ 'ਤੇ, ਜਿਹੜੀ ਇੱਦਾਂ ਕਰਕੇ ਗਾਰਮੈਂਟ ਦੀ ਦੁਕਾਨ ਸੀ, ਉਹਦੀ ਚੋਰੀ ਹੋ ਗਈ ਹੈ। ਜਿਹਦੇ ਮੌਕੇ 'ਤੇ ਪੁੱਜ ਕੇ ਦੇਖਿਆ ਗਿਆ, ਜਿਹੜਾ ਉਹਦਾ ਸ਼ਟਰ ਟੁੱਟਿਆ ਪਿਆ ਸੀ, ਔਰ ਅੰਦਰੋਂ ਜਿਹੜੀ ਰਾਜ ਰਾਣੀ ਹੈ ਵਾਈਫ ਔਫ ਜਗਵਿੰਦਰ ਸਿੰਘ ਵਾਸੀ ਰੁੜਕਾ ਖੁਰਦ ਹੈ, ਉਹਨਾਂ ਨੇ ਦੱਸਿਆ ਵੀ ਇੱਦਾਂ ਕਰਕੇ ਸਾਡੇ ਕੁਛ ਲੇਡੀਜ਼ ਬੱਚਿਆਂ ਦੇ ਸੂਟ, ਕੁਛ ਲੇਡੀਜ਼ ਜੈਂਟਸ ਅਤੇ ਜਿਹੜੇ ਰੈਡੀਮੇਡ ਸੂਟ ਕੱਪੜੇ ਸੀ ਉਹ ਚੱਕ ਕੇ ਲੈ ਗਏ ਆ ਦੁਕਾਨ ਦੇ ਅੰਦਰੋਂ, ਜਿਸ ਸੰਬੰਧੀ ਤਫਤੀਸ਼ ਕੀਤੀ ਜਾ ਰਹੀ ਹੈ। ਕਿੰਨਾ ਕੁ ਨੁਕਸਾਨ ਦੱਸ ਦਿਓ ਜੀ? ਅੰਦਾਜ਼ਾ ਹਲੇ ਦੱਸਿਆ ਨਹੀਂ ਉਹਨਾਂ ਨੇ, ਕਰੀਬ ਉੱਧਰ ਦੱਸ ਦੇ ਵੀ 1-1.5 ਲੱਖ ਦਾ ਨੁਕਸਾਨ ਹੈ, ਪਰ ਹਲੇ ਉਹਨਾਂ ਨੇ ਕੋਈ ਬਿੱਲ ਬੁੱਲ ਪੇਸ਼ ਨਹੀਂ ਕੀਤਾ। ਟਾਂਡਾ ਵਿੱਚ ਪਿਛਲੇ ਕੁਝ ਸਮੇਂ ਤੋਂ ਲੁੱਟ ਖੋਹ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਖੁੱਡਾ ਦੀ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਵਿੱਚ ਅਣਪਛਾਤੇ ਲੁਟੇਰਿਆਂ ਵੱਲੋਂ ਰਾਤ ਦੇ ਹਨੇਰੇ ਵਿੱਚ 2 ਕੰਧਾਂ ਨੂੰ ਤੋੜ ਕੇ 5 ਲੌਕਰਾਂ ਨੂੰ ਲੁੱਟਿਆ। ਇਸ ਬੈਂਕ ਨੂੰ ਪਹਿਲਾਂ ਵੀ 4 ਵਾਰ ਨਿਸ਼ਾਨਾ ਬਣਾਇਆ ਗਿਆ। ਸੰਡੇ ਦੇ ਦਿਨ ਸੀ, ਅੱਜ ਹਮਾਰੇ ਜੋ ਮੈਨੇਜਰ ਔਰ ਸਟਾਫ ਆਏ ਬ੍ਰਾਂਚ ਮੇਂ, ਉਨ੍ਹੋਂਨੇ ਦੇਖਾ ਕਿ ਬਰਗਲਰੀ ਕਾ ਅਟੈਂਪਟ ਹੁਆ ਹੈ। ਉਨ੍ਹੋਂਨੇ ਤੁਰੰਤ ਪ੍ਰੀਕੌਸ਼ਨ ਲੇਤੇ ਹੁਏ ਲੋਕਲ ਥਾਣੇ ਮੇਂ ਖਬਰ ਕੀ, ਔਨ ਸਪੌਟ ਡਿਪਟੀ SP ਔਰ SHO ਆ ਗਏ ਹੈ, ਉਨ੍ਹੋਂਨੇ ਮੁਆਇਨਾ ਕਰ ਲਿਆ ਹੈ, ਕਿਆ ਐਕਚੁਅਲ ਲੌਸ ਹੁਆ ਹੈ ਵੋ ਦੇਖ ਕਰਕੇ ਡਿਟੇਲ ਮੇਂ। ਬੈਂਕ ਕਾ ਆਪਣਾ ਲੌਸ ਕਿਤਨਾ ਹੁਆ ਹੈ? ਬੈਂਕ ਕਾ ਆਪਣਾ ਲੌਸ ਅਭੀ ਕੁਛ ਨਹੀਂ ਹੈ, ਉਸਕਾ ਆਕਲਨ ਕੀਆ ਜਾਏ।